126 ਸਾਲ ਦੀ ਬਜ਼ੁਰਗ ਔਰਤ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਪੁੱਛਾਂਗੇ ਉਹਨਾਂ ਦੀ ਸਿਹਤ ਦਾ ਰਾਜ ਕੀ ਹੈਗਾ ਅਤੇ ਕਿੱਥੋਂ ਇਹ ਹੈਗੇ ਆ ਆਏ ਸੀ ਅਤੇ ਇੱਥੇ ਕਦੋਂ ਬਠਿੰਡਾ ਸ਼ਹਿਰ ਵਿੱਚ ਵਸੇ ਹੈਗੇ ਨੇ। ਹਾਂਜੀ ਮਾਤਾ ਜੀ, ਸਾਰਿਆਂ ਨੂੰ ਪਹਿਲਾਂ ਤੁਹਾਡਾ ਲਿਵਿੰਗ ਇੰਡੀਆ ਨਿਊਜ਼ ਦੇ ਵਿੱਚ ਸਵਾਗਤ ਹੈਗਾ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਪਹਿਲਾਂ ਦੱਸੋ ਤੁਹਾਡੀ ਉਮਰ ਕਿੰਨੀ ਹੈ? 126 ਸਾਲ। 126 ਸਾਲ, ਹਾਂਜੀ। ਅੱਛਾ ਮਾਤਾ ਜੀ, ਕਿੰਨੀ ਤੁਹਾਡੀ ਪੀੜ੍ਹੀਆਂ ਤੁਸੀਂ ਦੇਖ ਚੁੱਕੇ ਹੋ? ਪੀੜ੍ਹੀਆਂ ਬਥੇਰੀਆਂ ਵੇਖਦੀਆਂ, ਪੀੜ੍ਹੀਆਂ 4-5 ਵੇਖਦੀਆਂ, ਬਹੁਤ ਵੇਖੀਆਂ। ਕੌਣ ਕੌਣ ਹੈ ਤੁਹਾਡੇ ਪਰਿਵਾਰ ਦੇ ਵਿੱਚ? ਪਰਿਵਾਰ ਸਾਰਾ ਹੀ ਹੈ, ਧੀਆਂ ਪੁੱਤ ਹੈ, ਪੋਤੇ ਹੈ, ਪੜੋਤੇ ਹੈ, ਧੀਆਂ ਹੈ, ਜਵਾਈ ਹੈ, ਸਾਰਾ ਕੁਛ। ਸਾਰਾ ਕੁਛ। ਅੱਛਾ ਜੀ, ਆਪਾਂ ਗੱਲ ਕਰੀਏ, ਤੁਸੀਂ ਇੰਨੇ ਤੁਹਾਡਾ ਤੰਦਰੁਸਤ ਤੁਸੀਂ ਹੈਗੇ ਹੋ, ਕੀ ਖਾਂਦੇ ਹੋਗੇ, ਆਪਣੀ ਸਿਹਤ ਦਾ ਖਿਆਲ ਕਿਸ ਤਰ੍ਹਾਂ ਤੁਸੀਂ ਰੱਖਦੇ ਹੋ? ਸਿਹਤ ਦਾ ਖਾਂਦੇ, ਰੋਟੀ ਰੁਕ ਖਾਂਦੇ, ਹੋਰ ਕੋਈ ਮੀਟ ਨਹੀਂ, ਮਾਟ ਨਹੀਂ, ਮੈਂ ਸੱਸ ਨਹੀਂ ਲਾਉਂਦੀ, ਇਹੋ ਕੁਛ ਹੈ, ਹੋਰ ਤਾਂ ਕੋਈ ਗੱਲ ਨਹੀਂ। ਅੱਛਾ ਮਾਤਾ ਜੀ, ਤੁਸੀਂ ਜੇ ਆਪਾਂ ਗੱਲ ਕਰੀਏ, ਜਿਹੜਾ ਤੁਸੀਂ 126 ਸਾਲਾਂ ਦੇ ਹੈਗੇ ਹੋ, ਜੇ ਪਿਛੋਕੜ ਦੀ ਆਪਾਂ ਗੱਲ ਕਰੀਏ, ਪਹਿਲਾਂ ਤੁਸੀਂ ਕਿੱਧਰ ਰਹਿੰਦੇ ਸੀ ਅਤੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਆਏ? ਅਸੀਂ ਪੰਜਾਬ 'ਚ ਰਹਿੰਦੇ ਸਾਂ, ਪਾਕਿਸਤਾਨ 'ਚ। ਪਾਕਿਸਤਾਨ ਦੇ ਵਿੱਚ ਬਹੁਤ ਚਿਰ ਲਿਆ, ਪਾਕਿਸਤਾਨ ਹੈਗਾ ਚਿਸ਼ਤੀਆਂ ਮੰਡੀ ਬੋਲ ਰਿਆਸਤ, ਉੱਥੋਂ ਆਏ ਹਾਂ, ਬਹੁਤ ਬੁਰੀ ਹਾਲਤ ਨਾਲ ਆਏ, ਵੱਡਾ ਟੁੱਕੀ ਆ। ਅੱਛਾ, ਤੁਸੀਂ ਪਹਿਲਾਂ ਪਾਕਿਸਤਾਨ ਦੇ ਵਿੱਚ ਰਹਿੰਦੇ ਸੀ, ਜਦੋਂ ਪਾਕਿਸਤਾਨ ਹਿੰਦੁਸਤਾਨ ਦਾ ਬਟਵਾਰਾ ਹੋਇਆ ਉਸ ਤੋਂ ਤੁਸੀਂ ਫਿਰ ਬਠਿੰਡੇ ਆ ਗਏ? ਹਾਂ, ਉਦੋਂ ਆ ਗਏ, ਜਦੋਂ ਵੱਡੋ ਟੁੱਕੀ ਹੋਈ ਉਦੋਂ ਅਸੀਂ ਬਠਿੰਡੇ ਆ ਗਏ, ਬਠਿੰਡੇ ਆ ਕੇ ਰਾਤ ਰਹੇ ਸੀ। ਰਾਤ ਰਹੇ ਸੀ। ਅੱਛਾ, ਤੁਹਾਡੇ ਆਪਣਾ ਘਰ ਵਾਲੇ ਕੀ ਕਰਦੇ ਸੀ? ਖੇਤੀਬਾੜੀ ਕਰਦੇ ਸੀ। ਅੱਛਾ, ਖੇਤੀਬਾੜੀ ਕਰਦੇ, ਫਿਰ ਇੱਥੇ ਇੱਥੇ ਵੀ ਖੇਤੀਬਾੜੀ ਸ਼ੁਰੂ ਕਰਤੀ? ਹਾਂ, ਇੱਥੇ ਹੀ ਆਪਦਾ ਕਰ ਲਿਆ ਸੀ ਸਾਰਾ ਕੁਛ ਖੇਤੀਬਾੜੀ ਦਾ, ਆਪਦੀ ਵਿਆਹੀ ਕਰਦੇ ਸਾਂ, ਖਾਂਦੇ ਸੀ, ਠੀਕ ਹੈ। ਅੱਛਾ, ਇਸ ਤੋਂ ਇਲਾਵਾ ਜਿਹੜੇ ਤੁਸੀਂ ਬਠਿੰਡਾ ਵਿੱਚ ਤੁਸੀਂ ਖੇਤੀਬਾੜੀ ਸਟਾਰਟ ਕਰਤੀ ਅਤੇ ਉਹ ਫਿਰ ਪਾਕਿਸਤਾਨ ਦਾ, ਫਿਰ ਉੱਥੇ ਰਹਿ ਗਿਆ ਸਾਰੀ ਜ਼ਮੀਨ ਜ਼ਮੂਨ? ਉਹ ਤਾਂ ਜ਼ਮੀਨਾਂ ਉੱਥੇ ਰਹੀਆਂ, 10-10 ਮਰਬੇ ਸੀ ਜ਼ਮੀਨਾਂ ਦੇ ਸਾਡੇ, ਕੁਛ ਨਹੀਂ ਨਾਲ ਚੱਕਿਆ ਨਹੀਂ, ਚੁਕਾਇਆ ਨਹੀਂ, ਇਹੋ ਜਿਹੇ ਆਏ ਹਾਂ, ਉੱਥੇ ਰਹਿ ਗਿਆ, ਉੱਥੇ ਸਾਰਾ ਕੁਛ ਰਹਿ ਗਿਆ। ਅੱਛਾ ਮਾਤੇ, ਤੁਹਾਡੇ ਜਵਾਕ ਕਿੰਨੇ ਹੈਗੇ ਜੀ? ਜਵਾਕ ਮੇਰੇ ਬਥੇਰੇ ਭਾਈ, 5 ਮੁੰਡੇ ਆ, 5 ਕੁੜੀਆਂ ਸੀ, 10 ਜਵਾਕਾਂ ਦੀ ਮਾਂ ਬੈਠੀ, ਹੁਣ ਤਾਂ ਮੇਰੇ ਕੋਲ ਕੁੜੀਆਂ ਹੀ ਆ 3, ਬਾਕੀ ਰੱਬ ਦੇ ਘਰ ਗਏ। ਅੱਛਾ, ਤੁਹਾਡੇ ਟੋਟਲ 10 ਜਵਾਕ ਹੋਏ ਸੀ, 5 ਕੁੜੀਆਂ ਅਤੇ 5 ਮੁੰਡੇ, ਹੁਣ 5 ਕੁੜੀਆਂ ਰਹਿ ਗਈਆਂ ਅਤੇ ਮੁੰਡੇ ਜਿਹੜੇ ਗੁਜ਼ਰ ਚੁੱਕੇ? 3 ਕੁੜੀਆਂ ਰਹਿ ਗਈਆਂ, ਮੁੰਡੇ ਅਤੇ ਕੁੜੀਆਂ ਸਾਰੀਆਂ ਗੁਜ਼ਰ ਗਈਆਂ। ਅਤੇ ਉਹ ਜਿਹੜੀ ਕੁੜੀਆਂ ਜਿਹੜੀ ਹੈਗੀਆਂ ਉਹ ਤੁਹਾਡੇ ਕੋਲ ਰਹਿੰਦੇ, ਕਿੱਥੇ ਵਿਆਹੀਆਂ? ਰਾਜਕੋਟ ਕੁੱਬੇ ਵਿਆਹੀਆਂ ਅਤੇ ਨਾਸਿਆਣੇ ਕੋਠੇ ਵਿਆਹੀ, ਇੱਕ 2 ਰਾਜਗੜ੍ਹ ਕੁੱਬੇ ਵਿਆਹੀਆਂ। ਅੱਛਾ ਮਾਤਾ, ਜਿਸ ਤਰ੍ਹਾਂ ਤੁਹਾਡੀ 126 ਸਾਲ ਉਮਰ ਹੋ ਗਈ ਹੈ ਅਤੇ ਜੇ ਦੇਖਿਆ ਗਿਆ ਅੱਜ ਦੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ, ਛੋਟੀ ਛੋਟੀ ਉਮਰ ਦੇ ਵਿੱਚ ਨਸ਼ੇ ਨੂੰ ਲਾ ਲੱਗ ਜਾਂਦੀ ਹੈ, ਉਹਨਾਂ ਨਸ਼ੇ ਕਾਰਨ ਜਾਨਾਂ ਵੀ ਜਾ ਰਹੀਆਂ ਹੈਗੀਆਂ, ਉਹ ਨੌਜਵਾਨ ਪੀੜ੍ਹੀ ਤੁਸੀਂ ਕੀ ਕੁਛ ਸੰਦੇਸ਼ ਦੇਣਾ ਚਾਹੁੰਦੇ ਹੋ, ਕੁਛ ਸਮਝਾਉਣਾ ਚਾਹੁੰਦੇ ਹੋ? ਸਾਰਾ ਕੁਛ ਵੇਖ ਲਿਆ ਜੱਗ ਦੇ ਉੱਤੇ, ਕੀ ਨਹੀਂ ਵੇਖਿਆ, ਸਭ ਕੁਛ ਵੇਖ ਲਿਆ, ਜਿਉਂਦੀ ਜਾਨ ਨੇ, ਹੁਣ ਤਾਂ ਗਾਂਹ ਨੂੰ ਚਲਾਉਣੇ ਕਰਾਂਗੇ, ਠੀਕ ਹੈ, ਸਾਰਾ ਕੁਛ ਵੇਖਿਆ। ਅੱਛਾ, ਫਿਰ ਤੁਹਾਨੂੰ ਕੋਈ ਬਿਮਾਰੀ ਬਿਮੂਰੀ ਤਾਂ ਨਹੀਂ ਕੋਈ ਲੱਗੀ ਪੈਦਾ 'ਚ? ਮੈਨੂੰ ਕੋਈ ਬਿਮਾਰੀ ਬਿਮੂਰੀ ਨਹੀਂ, ਮੈਂ ਤਾਂ ਰੱਬੋਂ ਡਰ ਕੇ ਆ ਨਹੀਂ, ਮੇਰਾ ਕਦੇ ਸਿਰ ਵੀ ਨਹੀਂ ਦੁਖਿਆ। ਅੱਛਾ, ਕਦੇ ਸੁਰ ਵੀ ਨਹੀਂ ਦੁਖਿਆ? ਨਾ, ਮੇਰਾ ਤਾਂ ਕਦੇ ਸਿਰ ਨਹੀਂ ਦੁਖਿਆ। ਫਿਰ ਕੰਮ ਕਾਜ ਆਪ ਕਰ ਲੈਂਦੇ ਮਾੜਾ ਮੋਟਾ? ਕਰ ਲੈਂਦੇ ਜਿੰਨਾ ਕੁ ਹੁੰਦਾ ਕਰ ਲਈਦਾ, ਹੌਲੀ ਹੌਲੀ। ਕੀ ਕਰਦੇ ਮਾਤਾ ਜੀ ਆਪਦਾ ਕੰਮ? ਸਾਰਾ ਰੋਟੀ ਰੁੱਕ ਵੀ ਕਰ ਲਈ, ਦਾਲ ਪਾਣੀ ਵੀ ਕਰ ਲੈਂਦੀ, ਚਾਹ ਵੀ ਕਰ ਲੈਂਦੀ ਹਾਂ, ਸਾਰਾ ਕੁਛ ਕਰ ਲੈਂਦੇ? ਹਾਂ, ਸਾਰਾ ਕੁਛ ਕਰ ਲੈਂਦੇ ਹਾਂ। ਬੇਟੀ, ਉਹਨਾਂ ਦੀ ਬੇਟੀ ਮੌਜੂਦ ਹੈਗੀ ਹੈ, ਹਾਂਜੀ, ਕੀ ਕਹਿਣਾ ਚਾਹੋਗੇ? ਤੁਹਾਡੀ ਜਿਹੜੀ ਮਾਤਾ ਜੀ ਹੈਗੀ ਹੈ, 126 ਸਾਲ ਦੀ ਉਮਰ ਹੈਗੀ ਹੈ, ਕਿਸ ਤਰ੍ਹਾਂ ਇਹਨਾਂ ਨੇ ਸੰਭਾਲ ਕੇ ਰੱਖਿਆ ਆਪਦੀ ਸਿਹਤ ਨੂੰ, ਕੀ ਕਹਿਣਾ ਬਾਰੇ?
ਆਪਣੀ ਸਿਹਤ ਵੀ ਅਸੀਂ ਸੰਭਾਲ ਕੇ ਰੱਖੀ ਹੈ। ਜਦੋਂ ਉੱਧਰੋਂ ਬਾਹਰੋਂ ਪਾਕਿਸਤਾਨ ਚੋਂ ਆਏ ਆ ਤਾਂ ਵੀ ਇਸੇ ਆਏ ਆ, ਆ ਕੇ ਰਾਤ ਰਹੇ ਆ ਜਿਸਤੀਆਂ ਮੰਡੀ, ਅਤੇ ਇੱਥੇ ਆ ਗਏ, ਇੱਥੇ ਆ ਕੇ ਆਪਦਾ ਵਧੀਆ ਕਰੀ ਜਾਂਦੇ ਜੂਨ ਗੁਜ਼ਾਰਾ। ਹਾਂ, ਕਿੰਨੇ ਤੁਸੀਂ ਭੈਣ ਭਰਾ ਕਿੰਨੇ ਹੋ ਜੀ? ਭੈਣ ਭਰਾ ਤਾਂ ਵੀਰੇ 10 ਸੀਗੇ, ਜਿਨ੍ਹਾਂ ਦੇ ਵਿੱਚੋਂ ਹੁਣ 4 ਅਸੀਂ ਹਰੀ ਕੈਮ ਆ, ਭੈਣਾਂ ਭੈਣਾਂ, ਬਾਕੀ ਭਰਾ ਸਾਰੇ ਰੱਬ ਕਰ। ਅਤੇ ਤੁਹਾਡੇ ਪਿਤਾ ਜੀ? ਅੱਛਾ, ਫਿਰ ਤੁਸੀਂ ਤੁਹਾਡੇ ਅਸੀਂ ਦੇਖ ਰਹੇ ਹਾਂ ਤੁਹਾਡੇ ਅੱਖਾਂ ਵਿੱਚ ਹੰਝੂ ਆ ਗਏ। ਚਲੋ, ਉਹ ਤਾਂ ਪ੍ਰਮਾਤਮਾ ਦੇ ਹੱਥ ਵਿੱਚ ਹੁੰਦਾ, ਜੋ ਉਹ ਆਪਾਂ ਰੋਕ ਨਹੀਂ ਸਕਦੇ, ਭਾਨਾ ਹੁੰਦਾ ਜਿਹੜਾ ਹੈਗਾ, ਜਿਹੜਾ ਪ੍ਰਮਾਤਮਾ ਨੇ ਕਿਹਾ ਉਹੀ ਹੋਣਾ ਹੁੰਦਾ। ਤੁਸੀਂ ਹੌਸਲਾ ਰੱਖੋ, ਅਸੀਂ ਤੁਹਾਡੀ ਮਾਤਾ ਜੀ ਨੂੰ ਦੇਖ ਰਹੇ ਹੈਗੇ ਹਾਂ। ਮਾਤਾ ਜੀ ਉਮਰ 126 ਸਾਲ ਹੈਗੀ ਹੈ, ਫਿਰ ਤੁਸੀਂ ਮਾਤਾ ਦੇ ਨਾਲ ਹੀ ਰਹਿ ਰਹੇ ਹੋ? ਹਾਂਜੀ, ਮਾਤਾ ਦੇ ਨਾਲ ਮੇਰੇ ਕੋਲ ਰਹਿੰਦੀ ਹੈ ਜੀ। ਹਾਂਜੀ, ਹੋਰ ਹੋਰ ਮਾਤਾ ਜੀ ਨੂੰ ਕੋਈ ਬਿਮਾਰੀ ਆ ਕੁਛ? ਹਾਂ ਜੀ, ਕੋਈ ਬਿਮਾਰੀ ਨਹੀਂ, ਠਮਾਰੀ ਨਹੀਂ, ਕੁਛ ਵੀ ਨਹੀਂ, ਕਦੇ ਸਿਰ ਵੀ ਨਹੀਂ ਦੁਖਿਆ ਮਾਤਾ ਦਾ, ਮੇਰੇ ਕੋਲ ਤਾਂ ਬਹੁਤ ਚਿਰ ਹੋ ਗਿਆ ਰਹਿੰਦੀ ਨੂੰ। ਤੁਹਾਡੀ ਕਿੰਨੀ ਉਮਰ ਹੈ? ਮੇਰੀ ਜੀ 70 ਸਾਲ ਦੀ ਉਮਰ ਹੈ। ਹਾਂਜੀ। ਅੱਛਾ, ਮਾਤਾ ਜੀ ਦੱਸ ਰਹੇ, ਤੁਹਾਡੀ ਮੰਮੀ ਜੀ ਦੱਸ ਰਹੇ ਹੈਗੇ ਆ ਵੀ ਇਹ ਪਾਕਿਸਤਾਨ 'ਚ ਰਹਿੰਦੇ ਸੀ ਪਹਿਲਾਂ, ਜਦੋਂ ਹਾਂ ਪਾਕਿਸਤਾਨ ਕਿਹੜਾ ਜ਼ਿਲ੍ਹਾ ਸੀ ਉਹ, ਕਿਹੜਾ ਪਿੰਡ ਸੀ? ਪਿੰਡ ਬਾਹੁਲ ਰਸਤੇ 'ਤੇ ਚਿਸ਼ਤੀਆ ਮੰਡੀ। ਫਿਰ ਕਿਸ ਤਰ੍ਹਾਂ ਆਏ ਫਿਰ ਇੱਥੇ ਬਠਿੰਡੇ 'ਚ? ਉੱਥੋਂ ਜਦੋਂ ਹਰਚਲਾ ਪੈ ਗਿਆ ਉਦੋਂ ਵੱਡਾ ਟੁੱਕੀ, ਚਲੋ ਭਾਈ ਕੋਈ ਕਿਵੇਂ ਆਏ, ਕੋਈ ਕਿਵੇਂ ਆਏ, ਸਾਰਾ ਸਮਾਨ ਸੀ ਜਿਹੜਾ ਉੱਥੇ ਛੱਡਿਆ ਦਾ, ਆਪ ਆ ਕੇ ਚਰੀਆਂ ਦੇ ਵਿੱਚ ਦੀ ਰਾਤਾਂ ਪੈ ਗਈਆਂ, ਰਾਤਾਂ ਕੱਟੀਆਂ, ਕੱਟ ਕੇ ਵੱਡੋ ਟੁੱਕੀ ਦੇ ਵਿੱਚ ਮਸਾਂ ਇੱਥੇ ਆਈ ਹੈ, ਇੱਥੇ ਆ ਕੇ ਮਤਲਬ ਮਾੜੀ ਜਿਹੀ ਸੁਰਤ ਲਈ ਹੈ। ਅੱਛਾ, ਇੱਕ ਤੁਹਾਡੇ ਮੇਰੇ ਕੋਲ ਲਾਸਟ ਕੁਐਸਚਨ ਹੈਗਾ, ਜਿਸ ਤਰ੍ਹਾਂ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਨੌਜਵਾਨ ਜਿਹੜੇ ਹੈਗੇ ਆ ਖਾਸ ਕਰਕੇ ਨਸ਼ਿਆਂ ਵਿੱਚ ਵੜਦੇ ਜਾ ਰਹੇ ਆ, ਨਸ਼ਾ ਕਰ ਲੈਂਦੇ ਆ, ਉਹਨਾਂ ਜਾਨਾਂ ਵੀ ਚੱਲ ਜਾਂਦੀਆਂ, ਅਤੇ ਮਾਤਾ ਜੀ ਇੰਨੀ ਉਮਰ ਹੋ ਗਈ, ਤੁਸੀਂ ਉਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹੀ ਕਹਿੰਦੇ ਹਾਂ ਜੀ, ਆਪਦਾ ਰੱਬ ਸੰਭਾਲਣ, ਵਧੀਆ ਆਪਦੀ ਜ਼ਿੰਦਗੀ ਜਿਉਣ, ਜਿਹੜਾ ਹੁਣ ਆਪਦੀ ਜ਼ਿੰਦਗੀ ਬਰਬਾਦ ਕਰੀ ਜਾਂਦੇ ਨਸ਼ੇ ਖਾ ਖਾ ਕੇ, ਅੱਜ ਤਾਂ ਇਹ ਕਹਿੰਦੇ ਵੀ ਆਪਦੀ ਜ਼ਿੰਦਗੀ ਸੰਭਾਲਣ, ਅਤੇ ਆਪਦੀ ਨੌਜਵਾਨੀ ਜਿਹੜੀ ਜਵਾਨੀ, ਆਪਦੀ ਜਵਾਨੀ ਮਾਂਝਣ ਵਧੀਆ ਆਰਾਮਦਾਰੀ ਨਾਲ, ਅਸੀਂ ਤਾਂ ਇਹੀ ਚਾਹੁੰਦੇ ਹਾਂ। ਤੁਹਾਡੀ ਮਾਤਾ ਜੀ ਤੋਂ ਮਾੜਾ ਉਹਨਾਂ ਸਿੱਖ ਲੈਣੀ ਚਾਹੀਦੀ ਹੈ? ਹਾਂ, ਸਿੱਖ ਲਓ ਜੀ। ਜਿਵੇਂ ਤੁਹਾਡੀ ਮਾਤਾ ਜੀ 126 ਸਾਲ ਹੈਗੇ, ਵੀ ਨੌਜਵਾਨ ਪੀੜ੍ਹੀ ਨੂੰ ਵੀ ਦੇਖਣਾ ਚਾਹੀਦਾ ਵੀ ਉਹ ਆਪਦਾ ਸਿਹਤ ਦਾ ਧਿਆਨ ਰੱਖਣ, ਅਤੇ ਬੰਦਾ ਕਾਫੀ ਉਮਰ ਤੱਕ ਜੀ ਸਕਦਾ। ਹਾਂਜੀ ਹਾਂਜੀ ਹਾਂਜੀ, ਵੀ ਆਪਦੇ ਮਾਂ ਪਿਓ ਦੀ ਸਹਿਲਤ 'ਚ ਰਹਿਣ, ਆਖਿਆ 'ਚ ਚੱਲਣ, ਜੇ ਕੋਈ ਖਾਣਾ ਪੀਣਾ ਤਾਂ ਆਪਦੇ ਘਰੋਂ ਬਣਵਾਉਣ, ਬਣਵਾ ਕੇ ਖਾਣ ਪੀਣ, ਅਤੇ ਉਹ ਜਿਹੜੇ ਨਸ਼ੇ ਕਰਦੇ ਉਹ ਨਾ ਖਾਣ। ਤੁਸੀਂ ਦੇਖ ਸਕਦੇ ਹੋ ਅਸੀਂ ਸਾਡੇ ਕੋਲ ਮਾਤਾ ਜੀ ਜਿਹੜੇ ਹੈਗੇ 126 ਸਾਲ ਦੇ ਹੈਗੇ, ਅਤੇ ਉਹਨਾਂ ਦੀ ਬੇਟੀ ਵੀ ਉਹ ਮੌਜੂਦ ਹੈਗੀ, ਉਹ 70 ਸਾਲ ਦੀ ਹੈਗੀ ਹੈ, ਅਤੇ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ 'ਤੇ ਇੱਕ ਸੰਦੇਸ਼ ਦੇਣਾ ਚਾਹ ਰਿਹਾ, ਮੈਸੇਜ ਦੇਣਾ ਚਾਹ ਰਿਹਾ, ਜਿਹੜੀ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ 'ਚ ਫਸ ਰਹੀ ਹੈਗੀ, ਆਪਦੀ ਸਿਹਤ ਨੂੰ ਖਰਾਬ ਕਰ ਰਹੀ ਹੈਗੀ ਹੈ, ਮਾਤਾ ਜੀ ਤੋਂ ਸਭ ਸਿੱਖਿਆ ਲੈਣ, ਕਿਉਂਕਿ ਮਾਤਾ ਜੀ 126 ਸਾਲ ਦੇ ਹੋਣ ਦੇ ਬਾਵਜੂਦ ਇੱਕ ਤੰਦਰੁਸਤ ਹੈਗੇ, ਆਪਦਾ ਕੰਮਕਾਜ ਕਰਦੇ, ਰੋਟੀ ਪਾਣੀ ਪਕਾਉਂਦੇ, ਅਤੇ ਨੌਜਵਾਨ ਵੀ ਆਪਦੀ ਸਿਹਤ ਕਨੇ ਧਿਆਨ ਦੇਣ ਤਾਂ ਕਿ ਨਸ਼ਿਆਂ ਤੋਂ ਬਚ ਸਕਣ। ਬਿੰਡਾ ਤੋਂ ਗੋਬਿੰਦ ਸਿੰਘ, ਇੰਡੀਆ ਨਿਊਜ਼, ਪੰਜਾਬ।